हेलो जी, सत श्री अकाल सारिआं नूं। किद्दां जी, उम्मीद करदे आं सारे ठीक होगे ते ब्लॉग की शुरुआत की आ। हुण ते टाइम हो गया रात का 7 बजे का टाइम हो गया है। मैनूं पता भी हुंदा तो मैं फिर घड़ी वल वेखना ही हुंदा जरूर। तो हुणे ही बस मैं फ्री होई हाँ ज बच्चों टीच करके, तो हुणे बच्चे गए घरां नूं। तो अज एक बहुत वधिया खबर तुहानूं सुणाउणे खबर सुनाने जिहड़े बंदे बारे खबर सुनाउणी है ना आपां, उह हसदा पिआ पहलां ही। तो उहनां दी हालत वेखिओ की होई पई आ। रसोई च काम करना सौखा नहीं। अज ना जगरूप ने बनाई सब्जी, मैनू कहते चल तू ट्यूशन पढ़ाउन दई आ, अज मैं सब्जी बना के विखाउणा, नाले ते तेरी हैल्प हो जूगी ते नाले मैं तुहानूं सब्जी बना के खवाउणा अज। ते उधर देखो जगरूप दा पहला दिन दी कपड़िआं तों हालत वेखो कि रसोई दे विच जिन्ना टाइम ना सब्जी बनाउंदे लगदे पसीनो पसीनी होए पिआ। उधर देखो आ वेखो की हाल बणिआ पिआ वा। हुण दसो कि रसोई दे विच काम करना सौखा वा कि औखा वा? कोई औखा नहीं आ, मजा आया है पक्का। योर गॉड, इधर देखो पूरा रसोई का बुरा हाल किया पे। हाँ सब्जी का वेख की है। चंगा पाउण वास्ते कुछ ना कुछ दुख पुटना है। जिन्ना चिर बच्चे आंदे ना इहनूं आपां बंद करके रख देणे कमरे च, इहदा राधा पता नहीं किधर चल जांदी है 2 घंटे। फिर ना लै 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 बस 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 जगरूप आंदी लै बई सब्जी अज बनी आ। अगे दस जेडी मैं बनाउनी, इन्ने साल हो गए 13 साल हो गए मेनू काम करदे नूं, ओह एवें आ। अज एक दिन आप सब्जी बना ली, अजे खा के भी नहीं वेखी। जदों अहीं खा के वेखांगे गल ते फिर पता लगूगी। ऐ दसो जदों अहीं खा के वेखांगे फिर पता लगूगी कि किदां दी बनी आ। दूजा बंदा दसदा खाण वाला भी किवें दी चीज बनी आ। हां हां जिवें दी होवे दसदे, खा लैने दसदे नी किवें दी बनी। इन्हां ने ਮੈਨੂੰ ਪਤਾ ਵਾ ਜਿਹੜਾ ਜਿਹੜਾ ਮੈਨੂੰ ਸੁਣਨ ਨੂੰ ਮਿਲਦਾ, ਜੇ ਕਿਤੇ ਲੂਣ ਜ਼ਿਆਦਾ ਪੈ ਜਾਏ, ਜੇ ਕਿਤੇ ਮਿਰਚ ਜ਼ਿਆਦਾ ਪੈ ਜਾਏ ਥੋੜ੍ਹੀ ਬਹੁਤ, ਅਤੇ ਉਹਦਾ ਸਾਰੀ ਤਾਨੇ ਮਿਹਣੇ 3-4 ਘੰਟੇ ਕੜੂਸਾਂ ਚੱਲਦੀਆਂ ਹੀ ਰਹਿੰਦੀਆਂ। ਆਉਂਦੇ ਜਿੱਦਾਂ ਦੀ ਮਿਲੇ ਭਰਾ, ਆਉਂਦੇ ਜਿੱਦਾਂ ਦੀ ਮਿਲੇ ਉੱਦਾਂ ਦੀ ਖਾ ਲੈਂਦੀ ਆ। ਇਹ ਕਿੱਡਾ ਕੁ ਵੱਡਾ ਝੂਠ ਮੈਨੂੰ ਦੱਸ ਇੱਕ ਦੱਸ ਪ੍ਰਭ, ਕਿੱਡਾ ਕੁ ਵੱਡਾ ਝੂਠ ਹੈ ਦੱਸ? ਬਹੁਤ ਵੱਡਾ ਨਾ, ਪ੍ਰਭ ਨੂੰ ਪੁੱਛ ਕੇ ਵੇਖ ਲਓ। ਇਹ ਬਹੁਤ ਤਗੜਾ ਝੂਠ ਆ ਕਿ ਅਸੀਂ ਜਿੱਦਾਂ ਦੀ ਬਣੇ ਉੱਦਾਂ ਦੀ ਖਾ ਲੈਂਦੇ ਹਾਂ। ਅਤੇ ਬਾਕੀ ਚਲੋ ਹੁਣ ਆਪਾਂ ਟੇਸਟ ਕਰਕੇ ਦੱਸਾਂਗੇ ਕੀ ਬਣਾਇਆ ਇਹਨਾਂ ਨੇ ਅਤੇ ਕੀ ਉਹਦੇ ਵਿੱਚ ਕੀ ਕਮੀ ਆ ਅਤੇ ਕਿੱਦਾਂ ਦੀ ਬਣੀ ਸਬਜ਼ੀ। ਫਿਰ ਆਪਾਂ ਤੁਹਾਨੂੰ ਦੱਸ ਦਿਓ ਥੋੜ੍ਹੀ ਦੇਰ ਤੱਕ, ਮਿਲਦੇ ਹਾਂ। ਮੈਂ ਤੁਹਾਡੇ ਰੈਸਟ ਕਰ ਲਾਂ, ਫਿਰ ਮੈਂ ਜਾਣਾ ਰੋਟੀ ਬਣਾਉਣ, ਅਤੇ ਰਸੋਈ ਦਾ ਜਿੰਨਾ ਸਾਰਾ ਖਲਾਰਾ ਪਹਿਲਾਂ ਉਹ ਸਾਂਭਣਾ ਜਾ ਕੇ ਇੱਕ ਵਾਰੀ।
ਉਹ ਡਰਮਿਸ ਹੋ ਗਈ ਆ ਹੈਲੋ ਗਾਈਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਗੇ ਤੇ ਵਲੌਗ ਦੀ ਸ਼ੁਰੂਆਤ ਤੁਹਾਨੂੰ ਪਤਾ ਹੀ ਆ ਆਪਾਂ ਰਾਤ ਹੀ ਕੀਤੀ ਹੋਈ ਸੀਗੀ ਜਿੱਦਾਂ ਕਿ ਤੁਹਾਨੂੰ ਵੇਖਿਆ ਪਿੱਛੇ ਵੀਡੀਓ 'ਚ ਕਿ ਜਗਰੂਪ ਨੇ ਰਾਤੀ ਸਬਜ਼ੀ ਬਣਾਈ ਸੀ ਸਬਜ਼ੀ ਉਹਨਾਂ ਨੇ ਬਹੁਤ ਹੀ ਵਧੀਆ ਬਣਾਈ ਸੀ ਅਤੇ ਕੋਈ ਕਮੀ ਨਹੀਂ ਸੀ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਪ੍ਰਭ ਨੂੰ ਪ੍ਰਭ ਨੇ ਸਗੋਂ ਬਹੁਤ ਜ਼ਿਆਦਾ ਖਾਧੀ ਅਤੇ ਇੱਦਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਗਰੂਪ 'ਤੇ ਇਸ ਸਮੇਂ ਘਰ ਨਹੀਂ ਹੈਗੇ ਗੁਰਦੁਆਰਾ ਸਾਹਿਬ ਗਏ ਮੈਨੂੰ ਲੱਗਦਾ ਜਾਂ ਕਿਤੇ ਬਾਹਰ ਗਿਆ ਪਤਾ ਨਹੀਂ ਕਿਧਰ ਨੂੰ ਗਿਆ ਮੈਂ ਨਹਾਉਣ ਦੀ ਹਾਂ ਮੇਰੇ ਮਗਰੋਂ ਹੀ ਚਲੇ ਗਿਆ ਅਤੇ ਕਵਲ ਆ ਗਈ ਹੋਈ ਹੈ ਕਵਲ ਆਪਣਾ ਕੰਮ ਕਾਰ ਕਰਦੀ ਪਈ ਹੈ ਅਤੇ ਮੈਂ ਅੱਜ ਪਾਏ ਸੀਗੇ ਕੱਪੜੇ ਵਾਸ਼ਿੰਗ ਮਸ਼ੀਨ ਦੇ ਵਿੱਚ ਧੋਣੇ ਇੱਧਰ ਵੇਖੋ ਆਹ ਆਪਣੇ ਕੱਪੜੇ ਜਿਹੜੇ ਵਾਸ਼ ਹੁੰਦੇ ਪਏ ਆ ਅਤੇ ਇਹਨਾਂ ਅੱਜ ਤੁਹਾਨੂੰ ਮੈਂ ਦੱਸਿਆ ਸੀਗਾ ਅਤੇ ਪਿਛਲੀ ਵੀਡੀਓ 'ਚ ਵੀ ਵੇਖਿਆ ਹੋਣਾ ਕਿ ਵਾਸ਼ਿੰਗ ਮਸ਼ੀਨ ਦੀ ਜਿਹੜੀ ਟੈਪ ਆ ਨਾ ਉਹ ਪਾਣੀ ਬਹੁਤ ਘੱਟ ਘੱਟ ਕਰਦੀ ਹੋਈ ਹੈ ਅਤੇ ਇਸ ਕਰਕੇ ਪਾਈਪ ਲਾਇਆ ਸੀ ਕੱਪੜਿਆਂ 'ਚ ਕਾਫੀ ਧੋਣ ਵਾਲੇ ਸੀ ਚਾਦਰ ਵਗੈਰਾ ਵੀ ਲਾਈਆਂ ਸੀ ਚਾਦਰਾਂ ਵੀ ਬੈੱਡ ਦੀਆਂ ਅਤੇ ਉਹ ਵੀ ਧੋਣ ਵਾਲੀਆਂ ਸੀ ਅਤੇ ਇਸ ਕਰਕੇ ਫਿਰ ਮੈਂ ਸਿੱਧਾ ਪਾਈਪ ਲਗਾ ਲਿਆ ਪਾਈਪ ਦੇ ਨਾਲ ਪਾਣੀ ਪਾ ਕੇ ਅਤੇ ਜਲਦੀ ਜਲਦੀ ਕੱਪੜੇ ਧੁੱਪ ਜਾਣਗੇ ਇੱਦਾਂ 15-20 ਮਿੰਟ 'ਚ ਧੁੱਪ ਜਾਂਦੇ ਉੱਦਾਂ ਫਿਰ ਟਾਈਮ ਥੋੜ੍ਹਾ ਜ਼ਿਆਦਾ ਲੱਗ ਜਾਂਦਾ ਵਾ ਅਤੇ ਹੁਣ ਆਪਣੇ ਕੱਪੜੇ ਲਗਭਗ ਵੇਖੋ 1 ਮਿੰਟ ਰਹਿ ਗਿਆ ਵਾ ਅਤੇ ਕੱਪੜੇ ਜਿਹੜੇ ਉਹ ਲਗਭਗ ਜਿਹੜੇ ਵਾਸ਼ ਹੋ ਹੀ ਗਏ ਆ ਅਤੇ ਬਸ ਮੈਂ ਇਹਨਾਂ ਨੂੰ 5 ਮਿੰਟ ਦਾ ਟਾਈਮ ਹੋਰ ਲਗਾਵਾਂਗੀ ਤਾਂ ਉਹ ਚੰਗੀ ਤਰ੍ਹਾਂ ਵਾਸ਼ ਹੋ ਜਾਣ ਅਤੇ ਫਿਰ ਇਹਨਾਂ ਨੂੰ ਆਪਾਂ ਇੱਦਾਂ ਹੀ ਪਾਈਪ ਲਾ ਕੇ ਅਤੇ ਇੱਥੇ ਜਿਹੜੇ ਆ ਪਾਣੀ ਵਿੱਚ ਪਾ ਕੇ ਅਤੇ ਇੱਥੇ ਹੀ ਅੰਗਾਲ ਦਾਂਗੇ ਕਿਉਂਕਿ ਪਾਣੀ ਨਾਲ ਇੱਕ ਵਾਰੀ ਜਿਹੜੀ ਆ ਵਾਸ਼ਿੰਗ ਮਸ਼ੀਨ ਫੁੱਲ ਭਰ ਦਾਂਗੇ ਅਤੇ ਫਿਰ ਇਹਨੇ ਆਪੇ ਜਿਹੜਾ ਵਾ ਉਹਨੂੰ ਰਿੰਸ ਕਰਕੇ ਅਤੇ ਚੰਗੀ ਤਰ੍ਹਾਂ ਜਿਹੜਾ ਮੰਗਾਲ ਦਿੰਦੇ ਨੇ ਅਤੇ ਕਵਲ ਬਾਹਰ ਕਰਦੀ ਪਈ ਹੈ ਕੰਮ ਕਵਲ ਦੀ ਵਿਚਾਰੀ ਦੀ ਮੰਮੀ ਗਈ ਆ ਵਾਂਡੇ ਅਤੇ ਇਸ ਕਰਕੇ ਇਹਨੂੰ ਵਿਚਾਰੀ ਨੂੰ ਘਰ ਦਾ ਵੀ ਕੰਮ ਕਰਕੇ ਆਉਣਾ ਪੈਂਦਾ ਵਾ ਅਤੇ ਨਾਲ ਦੀ ਨਾਲ ਇੱਧਰ ਵੀ ਵਿਚਾਰੀ ਨੂੰ 1 ਮਿੰਟ ਮੈਂ ਵਾਸ਼ਿੰਗ ਮਸ਼ੀਨ ਦਾ ਇੱਕ ਟਾਈਮ ਹੋਰ ਲਗਾ ਦਾਂ ਹਾਂ ਠੀਕ ਆ ਇੱਕ ਵਾਰੀ ਮੈਂ ਚੰਗੀ ਤਰ੍ਹਾਂ ਕੱਪੜੇ ਧੋ ਜਾਣਗੇ ਨਾ ਅਤੇ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਤਸੱਲੀ ਮਿਲ ਜੂਗੀ ਕਿ ਕੱਪੜੇ ਚੰਗੀ ਤਰ੍ਹਾਂ ਵਾਸ਼ ਹੋ ਗਏ ਨੇ ਅਤੇ ਇੱਧਰ ਜਿਹੜੇ ਕੱਪੜੇ ਜਿਹੜੇ ਧੁੱਪੇ ਹੋਏ ਸੀਗੇ ਕੱਲ੍ਹ ਦੇ ਰਾਤੀ ਮੈਂ ਨਾ ਜੋੜ ਕੇ ਨਹੀਂ ਰੱਖੇ ਤਹਿ ਨਹੀਂ ਕੀਤੇ ਅਤੇ ਉਹ ਹੁਣ ਮੈਂ ਤਹਿ ਕਰਕੇ ਰੱਖ ਦਿੱਤੇ ਆ ਅਤੇ ਇਹਨੂੰ ਆਪਾਂ ਟਿਕਾਵਾਂਗੇ ਟੇਬਲ ਦੇ ਵਿੱਚ ਅਤੇ ਬਾਕੀ ਆਲਮੋਸਟ ਮੈਂ ਆਪਣੇ ਸਾਰੇ ਜਿਹੜੇ ਕੰਮ ਕਾਰ ਆ ਉਹ ਕਰ ਦਿੱਤੇ ਆ ਅਤੇ ਕਵਲ ਨਾਲ ਮਿਲਾਉਂਦੇ ਹਾਂ ਤੁਹਾਨੂੰ ਕੱਲ੍ਹ ਨਹੀਂ ਨਾ ਮਿਲੀ ਮੈਨੂੰ ਲੱਗਦਾ ਕੱਲ੍ਹ ਹੀ ਮਿਲੀ ਤੂੰ ਕੱਲ੍ਹ ਹੀ ਮਿਲੀ ਅਤੇ ਅੱਜ ਆਪਾਂ ਕਵਲ ਨਾਲ ਮਿਲਾਉਂਦੇ ਤੁਹਾਨੂੰ ਕਵਲ ਵਿਚਾਰੀ ਬਹੁਤ ਹੀ ਕੀ ਕਹਿੰਦੇ ਹੁੰਦੇ ਸਟਰਗਲ ਕਰ ਰਹੀ ਹੈ ਇਸ ਟਾਈਮ ਕਿਉਂਕਿ ਘਰੋਂ ਵੀ ਵਿਚਾਰੀ ਨੂੰ ਕੰਮ ਕਰਕੇ ਆਉਣਾ ਪੈਂਦਾ ਵਾ ਤੇ ਮੈਂ ਘਰ ਦਾ ਕੰਮ ਨਿਬੇੜ ਕੇ ਵੀ ਆਈ ਹਾਂ ਉਹ ਵੈਰੀ ਗੁੱਡ ਕਰ ਵੀ ਆਈ ਹੈ ਲੈ ਉਧਰ ਜਾਣ ਲੱਗ ਪਈ ਆ ਅੱਛਾ ਤੂੰ ਤਾਂ ਫਿਰ ਸੁਪਰ ਫਾਸਟ ਇਹ ਵੀ ਗੱਲ ਹੈਗੀ ਸੁਪਰ ਫਾਸਟ ਹੋ ਗਈ ਆ ਤੇ ਉਹ ਵੇਲੋ ਕਵਲ ਕਿੰਨਾ ਕੰਮ ਅੱਜ ਨਿਪਟਾ ਕੇ ਆਈ ਹੈ ਇੱਕ ਘਰ ਦਾ ਕੰਮ ਕਰਕੇ ਆਪਦੇ ਦਾ ਅਤੇ ਆਪਣੇ ਘਰ ਵੀ ਆ ਗਈ ਆ ਅਤੇ ਦੋਵਾਂ ਘਰਾਂ ਦਾ ਅਜੇ ਹੋਰ ਘਰਾਂ ਜਾਣਾ ਵਿਚਾਰੀ ਨੇ ਅਤੇ ਬਹੁਤ ਜ਼ਿਆਦਾ ਵਿਚਾਰੀ ਮਿਹਨਤ ਕਰਦੀ ਆ ਕਿ ਹੇਨੇ ਦੀ ਕੋਈ ਹੈਲਪ ਕਰਨੀ ਹੋਵੇ ਤਾਂ ਪਲੀਜ਼ ਕਰ ਸਕਦਾ ਵਾ ਕਿਉਂਕਿ ਕੁੜੀ ਵਿਚਾਰੀ ਦਾ ਥੋੜ੍ਹਾ ਜਿਹਾ ਮਿਹਨਤ ਵੱਲ ਤਾਂ ਚਲੋ ਧਿਆਨ ਹੈਗਾ ਹੀ ਆ ਅਤੇ ਪਰ ਘਰ ਪੱਖੋਂ ਥੋੜ੍ਹਾ ਜਿਹਾ ਵਿਚਾਰੀ ਹੈਗੀ ਆ ਤੁਹਾਨੂੰ ਪਤਾ ਹੀ ਆ ਵੀ ਕੰਮ ਕਰਨ ਨੂੰ ਇੱਦਾਂ ਘਰ ਘਰ ਕੇ ਦਾ ਦਿਲ ਕਰਦਾ ਹੈ ਜਦੋਂ ਢਿੱਡ ਨੂੰ ਸਭ ਕੁਛ ਕਰਾਉਣਾ ਪੈਂਦਾ ਹੈ ਢਿੱਡ ਸਭ ਕੁਛ ਕਰਾਉਂਦਾ ਹੈ ਅਤੇ ਕੋਈ ਵੀ ਚਾਹਵਾਨ ਹੋਵੇ ਭੈਣ ਦੀ ਹੈਲਪ ਕਰਨ ਲਈ ਦੱਸ ਸਕਦਾ ਵਾ ਅਤੇ ਵੈਸੇ ਆਪਾਂ ਮੰਗ ਨਹੀਂ ਕਰਦੇ ਚਲੋ ਜੇ ਤੁਹਾਡੀ ਆਪਣੀ ਮਰਜ਼ੀ ਹੋਵੇ ਤਾਂ ਕਰ ਸਕਦਾ ਕੋਈ ਹੈਲਪ ਕਰਨੀ ਹੋਵੇ ਕਿਸੇ ਨੇ ਅਤੇ ਇਹ ਵਿਚਾਰੀ ਕਹਿੰਦੀ ਕਿ ਮੈਂ ਸਟਿਚਿੰਗ ਵੀ ਸਿੱਖਣੀ ਆ ਅਤੇ ਉਹਦੇ ਲਈ ਵਿਚਾਰੀ ਨੂੰ ਟਾਈਮ ਕੱਢਣਾ ਥੋੜ੍ਹਾ ਮੁਸ਼ਕਿਲ ਹੁੰਦਾ ਕਿਉਂਕਿ ਤੁਹਾਨੂੰ ਪਤਾ 3-4 ਘਰ ਹੋ ਜਾਂਦੇ ਨਾ 5 ਚਾਰ ਘਰ ਦਾ ਕੰਮ ਕਰਕੇ ਆ ਕੇ ਅਤੇ ਫਿਰ ਮਤਲਬ ਬਾਅਦ ਵਿੱਚ ਆਪਦੇ ਘਰ ਦਾ ਵੀ ਕੰਮ ਕਰਨਾ ਅਤੇ ਫਿਰ ਥੋੜ੍ਹਾ ਔਖਾ ਹੋ ਜਾਂਦਾ ਵਾ ਅਤੇ ਚਲੋ ਜੀ ਆਪਾਂ ਮਿਲਦੇ ਤੁਹਾਨੂੰ ਥੋੜ੍ਹੀ ਦੇਰ ਬਾਅਦ ਬਾਹਰ ਕੋਈ ਖੜਾ ਵਾ ਅਤੇ ਉਹਨੇ ਹੈ ਨਾ ਤੁਹਾਨੂੰ ਪਤਾ ਹੀ ਆ ਬੀਬੀਆਂ ਦੀਆਂ ਅੱਜ ਕੱਲ੍ਹ ਗੱਲਾਂ ਬਾਤਾਂ ਚਲੋ ਠੀਕ ਆ ਮੈਂ ਬਾਅਦ 'ਚ ਕਰਦੇ ਗੱਲਬਾਤ ਕਿਸੇ ਨੂੰ ਕਿਉਂ ਸੁਣਾਉਣਾ ਕਿ ਅਸੀਂ ਕੀ ਕੰਮ ਕਰਦੇ ਹਾਂ ਨਾ ਅੱਜ ਨਾ ਅੱਜ ਬੜਾ ਵਧੀਆ ਮੌਸਮ ਜਾਣਾ ਹਵਾ ਵਧੀਆ ਹੋਣਾ ਪਹਿਲਾਂ ਸਵੇਰੇ ਸਵੇਰੇ ਤਿਆਰ ਲੱਗਾ ਸੀ ਮੈਂ ਨਾ ਬੜਾ ਹੀ ਬੱਦਲ ਆ ਗਿਆ ਹੁੰਦਾ ਆ ਗਿਆ ਸੀ ਬੱਦਲ ਪਰ ਲੰਘ ਗਿਆ ਹੁੰਦਾ ਪੂਰਾ ਬੱਦਲ ਸੀਗਾ ਤੇ ਮੈਂ ਰਾਤੀ ਕੱਪੜੇ ਨਾ ਲਾਏ ਕੱਪੜੇ ਧੋਤੇ ਸੀਗੇ ਮੈਂ ਸਵੇਰੇ ਸਵੇਰੇ ਤਰੇਲ ਪਈ ਕੱਪੜਿਆਂ ਦੇ ਤੇ ਪੈਂਦੀ ਆ ਹਨਾ ਤਰੇਲ ਪੈਣ ਲੱਗ ਪਈ ਕੱਪੜਿਆਂ ਦੇ ਹੋਣਾ ਕੋਠੇ ਦੇ ਇਨਸਾਨੀ ਨੂੰ ਤੇ ਭਿੱਜਿਆ ਹੁੰਦਾ ਇੱਕ ਸੰਤ ਅੱਜ ਸਵੇਰੇ ਸਵੇਰੇ ਇੰਨਾ ਬੱਦਲ ਆਇਆ ਨਾ ਤੇ ਬੜਾ ਹੀ ਵਧੀਆ ਮੌਸਮ ਹੋ ਗਿਆ ਸੀ ਤੇ ਐਂ ਲੱਗਣ ਦਿਆ ਜਿਵੇਂ ਨਾ ਹੁਣੇ ਹੀ ਬਸ ਮੀਂਹ ਆ ਜਾਣਾ ਮੀਂਹ ਤੇ ਨਾ ਹੀ ਆਉਂਦਾ ਮੀਂਹ ਦੇ ਹਨਵਾਦ ਦੇ ਸਾਹਮਣਾ ਬੜਾ ਮੁਸ਼ਕਿਲ ਹੁੰਦਾ ਮੀਂਹ ਮੂੰਹ ਤੇ ਨਾ ਹੀ ਆਉਂਦਾ ਚਲੋ ਓਦਾਂ ਹੈ ਕਿ ਮੜਿਆ ਹਵਾ ਜਿਹੀ ਠੰਡੀ ਹੋ ਗਈ ਹੈ ਸਾਡੀ ਕਿਉਂ
आप जो मर्जी करते रहने गलियां पर ओ नहीं है जो कि माड़ा मोटा काम कर लिया तो उन्होंने पूछने लग पैना ਜਿਹੜਾ ਬੰਦਾ ਮਤਲਬ ਕਿ ਕੁਝ ਕਹਿੰਦਾ ਨੀ ਆ ਤੇ ਲੋਕੀ ਜੋ ਸਿਰ ਤੇ ਚੜ੍ਹਦੇ ਆ ਉਹ ਗੱਲ ਬਣ ਜਾਂਦੀ ਆ ਤੇ ਅੱਜ ਕੱਲ ਦੁਨੀਆਂ ਦੇ ਨਾਲ ਕਹਿੰਦੇ ਹੁੰਦੇ ਸਿੱਧਾ ਹੋ ਕੇ ਰਹਿਣਾ ਚਾਹੀਦਾ ਜੇ ਸਿੱਧੇ ਹੋ ਕੇ ਰਹਾਂਗੇ ਤੇ ਫੇਰ ਹੀ चलो जी हुण आपां चलदे अंदर ते अज बड़ी वधिया कवल ने एक गल सुनाई आपां तुहानूं अंदर जाके दसदे आ रेडी जगरूप सीधे करके रखन दे कवल इन्हां नूं पादू भी सुकना एक काम नूं तीन तीन जने ही करन दे साडे घर दा काम वेलो किन्ना ज्यादा वा जिहड़ा अहीं तीन जने रल के करन दे आ मैं करना मतलब कि इदा कर करके सारे जने रल मिल के काम जेड़ा वो कर लेने प्रभने तेरे रज के रोटी खादी कल अज भी मैं प्रभ टिफिन जो भी पा के दी गोभी की सब्जी बनाई प्रभ इधर ना झाड़ो करे रखो ਅੱਜ ਨਾ ਮੈਨੂੰ ਕਵਲ ਨੇ ਬੜੀ ਵਧੀਆ ਗੱਲ ਸੁਣਾਈ ਕਵਲ ਸੁਣਾ ਫੇਰ ਕੀ ਸੁਣਾ ਜਿਹੜੀ ਬਾਹਰ ਗੱਲ ਸੁਣਾਈ ਤਕਨੀਦਾ ਅੱਧਾ ਤੁਹਾਨੂੰ ਪਤਾ ਲੱਗ ਤੇ ਗਿਆ ਨਹੀਂ ਤੂੰ ਦੱਸ ਨਾ ਤੇਰੇ ਮੈਨੂੰ ਨਾ ਇੱਕੜਾ ਕਿਸੇ ਨੂੰ ਗੱਲ ਦੱਸਣੀ ਨਹੀਂ ਆਉਂਦੀ ਚੰਗੇ ਤਰੀਕੇ ਨਾਲ ਕਈ ਲੋਕ ਬੜੇ ਇੰਟਰਸਟ ਜਿਹਦੇ ਨਾਲ ਗੱਲ ਦੱਸਦੇ ਨਾ ਮੈਨੂੰ ਨਹੀਂ ਉਹ ਗੱਲ ਦੱਸਣੀ ਆਉਂਦੀ ਸਾਡੀ ਇੰਦਰਜੀਤ ਨੂੰ ਬੜੀ ਆਉਂਦੀ ਉਹਨੇ ਐ ਬੜੀ ਕਰੋੜ ਕਰੋੜ ਕੇ ਮਜ਼ੇ ਮਜ਼ੇ ਗੱਲ ਸੁਣਾਉਣੀ ਅਗਲੇ ਨੂੰ ਵੀ ਜਿਵੇਂ ਨਾ ਉਹਦੇ ਵਿੱਚ ਪਤਾ ਨਹੀਂ ਕੀ ਹੁੰਦਾ ਟੀਚਰ ਆ ਨਾ ਫਿਰ ਨਹੀਂ ਸਹੀ ਗੱਲ ਨਹੀਂ ਮੈਂ ਆਪਕੋ ਟੀਚਰ ਤੇ ਮੰਮੀ ਆ ਪਰ ਉਹਨੂੰ ਬੜੇ ਤਰੀਕਾ ਗੱਲ ਕਰਨ ਦਾ ਉਹਨੇ ਨਾ ਅਗਲੇ ਦਾ ਇੰਟਰਸਟ ਪੈਦਾ ਕਰ ਦੇਣਾ ਗੱਲ 'ਚ ਵੀ ਬੜੀ ਵਿੱਚ ਵਧੀਆ ਗੱਲ ਹੋਣੀ ਤੇ ਵਿੱਚੋਂ ਭਾਵੇਂ ਬਾਅਦ 'ਚ ਨਿਕਲੇ ਕੁਝ ਬਣਾ ਮੈਂ ਤੇ ਗਗਨ ਆਂਦੀ ਕਿ ਮੈਂ ਪਹਿਲਾਂ ਹੀ ਬੜਾ ਹੁੰਦਾ ਹੈ ਪਹਿਲਾਂ ਸਾਨੂੰ ਬੜੀ ਆਦਤ ਹੀ ਇਹਦੀ ਗੱਲ ਨਾ ਬੜੇ ਗੌਰ ਨਾਲ ਸੁਣੀ ਵੀ ਹਾਂ ਭਈ ਬੜੀ ਗੱਲ ਬੜੀ ਵਧੀਆ ਉਹ ਵੀ ਜਿਹੜੀ ਦੱਸਣ ਲੱਗੀ ਆ ਤੇ ਮੁੜ ਕੇ ਜਦੋਂ ਗੱਲ ਵਿੱਚੋਂ ਸੁਣਨਾ ਤੇ ਵਿੱਚੋਂ ਕੱਖ ਬਣਾ ਲਈ ਹੁਣ ਅਸੀਂ ਇੰਟਰਸਟ ਜਿਹਾ ਘਟਾਤਾ ਹੁਣ ਅਸੀਂ ਆਉਂਦੇ ਹੁੰਦੇ ਸਾਨੂੰ ਪਤਾ ਤੇਰੀ ਗੱਲ 'ਚ ਕੁਝ ਨਹੀਂ ਹੈਗਾ ਉਹਦੀ ਗੱਲ ਤੇ ਐ ਮਤਲਬ ਕਿ ਸੁਣਨ ਨੂੰ ਜੀ ਕਰਦਾ ਨਾ ਵੀ ਜਿਵੇਂ ਕੰਮ ਛੱਡ ਦੋ ਵਿੱਚ ਹੀ ਤੇ ਕਈਆਂ ਲੋਕਾਂ ਦੀ ਆਦਤ ਹੁੰਦੀ ਹੈ ਬੜੇ ਤਰੀਕੇ ਇਹਦੇ ਨਾਲ ਗੱਲ ਕਰਨ ਦੀ ਤੇ ਆਪਣੀ ਨਹੀਂ ਗੱਲ ਕਰਦੇ ਆ ਤੇ ਹੁੰਦਾ ਵੀ ਚਲੋ ਵਧੀਆ ਉਹ ਗੱਲ ਸੁਣ ਤਾਂ ਕੋਈ ਚੰਗਾ ਵਾ ਕਈ ਕਰਦੇ ਚੰਗੀ ਹੁੰਦੀ ਰਾਤੀ ਦਾ ਵੀ ਨਹੀਂ ਕੋਈ ਗੱਲ ਬਾਤ ਨਹੀਂ ਹਾਂ ਜੇ ਮੈਂ ਵੀ ਅਗਾ ਪੈਂਡਾ ਹੀ ਲਾ ਦੇਣਾ ਗੱਲ ਕਰਨ ਨੂੰ ਵਿੱਚ ਹਣਾ ਇੱਧਰ ਉੱਧਰ ਜਾ ਕੇ ਆਓ ਤੇ ਉਹਦਾ ਆਖਣਾ ਸੁਣ ਸੁਣ ਕੇ ਬੋਰ ਹੋਣਾ ਕਿ ਲੱਗਦਾ ਇਹਦੇ ਚ ਕੁਝ ਨਹੀਂ ਨਹੀਂ ਬੜੀ ਉੱਤੇ ਗੱਲ ਹੈ ਕਿ ਸੁਣਾਉਣ ਵਾਲੀ ਹੈ ਉਹਨਾਂ ਨੂੰ ਸੁਣਾਉਣ ਵਾਲੀ ਹੈ ਦਾਦੀ ਨੂੰ ਵਿਊਵਰਸ ਨੂੰ ਵੀ ਸੁਣਾਉਣ ਵਾਲੀ ਹੈ ਤੇ ਆਟਾ ਮੈਂ ਲਿਆ ਗੋਲ ਨੇ ਤੇ ਰੱਖਾਂ ਅੰਦਰ ਤੇ ਆਣ ਕੇ ਦੱਸ ਦੇ ਕੋਈ तू दस तेन तरीके आना मैं दोपहर चेता भूल लगी मेरा दिमाग भी ओना की आ
ਤੁਸੀਂ ਸੁਣਾ ਦੋ ਕੋਈ ਗੱਲ ਮੰਮੀ ਛੱਡ ਜਿਹੜਾ ਬੋਲੋ ਨੂੰ ਸਵਾਰ ਸਵਾਰ ਕੇ ਕਿਉਂ ਬੋਲਦੇ ਜੇ ਹੈ ਜੋ ਹੈਗੇ ਓਦਾਂ ਹੀ ਬੋਲੋ ਲੱਗੀ ਸਮਝ ਐਵੇਂ ਨੀ ਉਹ ਚਿਕੜੀ ਚੂਪੜੀ ਕਰਨਾ ਚਾਹੀਦਾ ਉਹ ਨੀ ਕਰਨੀ ਚਾਹੀਦੀ ਲੱਗੀ ਸਮਝ ਜਿੱਦਾਂ ਵੀ ਆਪਾਂ ਹੈਗੇ ਓਦਾਂ ਹੀ ਬੋਲਣਾ ਚਾਹੀਦਾ ਤੇ ਕਮਲ ਆ ਸਾਡੇ ਵਿਊਵਰਸ ਤੇਰੀ ਵੇਟ ਕਰਦੇ ਅਸੀਂ ਬੈਠੇ ਇੱਥੇ ਵੀਡੀਓ ਲੰਮੀ ਹੋ ਜਾਣੀ ਬਾਅਦ ਚ ਕੋਈ ਨੀ ਮੈਂ ਕੱਟ ਦੂੰਗੀ ਉਹ ਨੀ ਕੋਈ ਗੱਲ ਹੁਣ ਵੇਖੇ ਨੇ ਸੋਚੀ ਸੋਚ ਸਮਝ ਕੇ ਗੱਲ ਕਰਨੀ ਬੜਾ ਘੰਟਾ ਲਾ ਦਿੰਦੇ ਹੀ ਹਾਂ ਬਿਲਕੁਲ ਬਿਲਕੁਲ ਸੋਚਨੇ ਇੱਕ ਗੱਲ ਉਹ ਆ ਜਿਹੜੀ ਫਟਾਫਟ ਕਰਦੇ ਨਹੀਂ ਇੱਕ ਗੱਲ ਉਹ ਆ ਜਿਹੜੀ ਕਰਨ ਤੋਂ ਪਹਿਲਾਂ ਸੋਚਣਾ ਵੀ ਕੀ ਗੱਲ ਕਰਨ ਗਏ ਇੱਕ ਗੱਲ ਉਹ ਆ ਜਿਹੜੀ ਕਰਕੇ ਸੋਚਣਾ ਵੀ ਕੀ ਕਹਿ ਕੀ ਬੋਲਦਾ ਸਹੀ ਗੱਲ ਇਸ ਕਰਕੇ ਗੱਲ ਕਰਨ ਦਾ ਵਾਸਤੇ ਪਹਿਲਾਂ ਸੋਚਣਾ ਜ਼ਰੂਰੀ ਆ ਸਹੀ ਗੱਲ ਮੈਂ ਸੋਚਦੀ ਨਹੀਂ ਨਾ ਮੈਨੂੰ ਲੱਗਦਾ ਮੇਰੇ ਤਾਂ ਹੀ ਜੋ ਮੇਰੇ ਮੂੰਹ ਚੋਂ ਕੁਝ ਵੀ ਨਿਕਲ ਜਾਂਦਾ ਹੈ ਨਾ ਕਵਲ ਮੈਨੂੰ ਐ ਲੱਗਦਾ ਵਾ ਕਹਿੰਦੇ ਦਿਲ 'ਚ ਜੋ ਵੀ ਹੋਵੇ ਕਹਿ ਦੇਣਾ ਚਾਹੀਦਾ ਬਿਨਾਂ ਸੋਚੇ ਸਮਝੇ ਬਿਨਾਂ ਸੋਚੇ ਸਮਝੇ ਸਹੀ ਗੱਲ ਆ ਆਪ ਜਿਹੜਾ ਕਰਦਾ ਗੁੱਸਾ ਕਰੀ ਜਾਵੇ ਦੱਸ ਇਹ ਪੱਕੀ ਗੱਲ ਆ ਕੀ ਵੀ ਕਹਿ ਦੇਣਾ ਚਾਹੀਦਾ ਹਾਂ ਕਹਿ ਦੇਣਾ ਚਾਹੀਦਾ ਕਿਉਂਕਿ ਦਿਲ 'ਚ ਰੱਖ ਕੇ ਉਹ ਮੁੜ ਕੇ ਗੁਬਾਰ ਬਣਦਾ ਰਹਿੰਦਾ ਗੱਲ ਦਾ ਤੇ ਉਹ ਮੁੜ ਕੇ ਇੱਕੇ ਦਮ ਬਾਅਦ 'ਚ ਨਿਕਲਦਾ ਉਹਦਾ ਕੀ ਫਾਇਦਾ ਨਿਕਲਦਾ ਫਿਰ ਉਹਦੇ ਨਾਲ ਲੜਾਈ ਹੁੰਦੀ ਆ ਤੇ ਇਸੇ ਕਰਕੇ ਜੋ ਦਿਲ 'ਚ ਆ ਉਹ ਜ਼ਬਾਨ ਤੇ ਰੱਖੋ ਹਨਾ ਸਹਿਮਤ ਹੋ ਕੇ ਮੇਰੀ ਗੱਲ ਲਾਣੀ ਨਹੀਂ ਨਹੀਂ ਲੱਗਦਾ ਨਹੀਂ ਲੱਗਦਾ ਆ ਜਾ ਗੱਲ ਮੈਂ ਸਵੇਰੇ 5 ਵਜੇ ਜਦੋਂ ਉੱਠੀ ਹਾਂ ਤੇ ਕਥਾ ਚੱਲਦੀ ਪਈ ਸੀ ਤੇ ਟੀਵੀ ਤੇ ਉਹ ਬਾਬਾ ਜੀ ਕਹਿੰਦੇ ਮੈਂ ਕਹਿੰਦੇ ਕਿ ਜਿੱਦਾਂ ਦਾ ਸਮਾਂ ਹੁੰਦਾ ਨਾ ਸਮੇਂ ਦੇ ਨਾਲ ਨਾਲ ਬੰਦੇ ਨੂੰ ਆਪਣੇ ਆਪ ਨੂੰ ਨਾ ਅਪਡੇਟ ਕਰਨਾ ਚਾਹੀਦਾ ਵਾ ਜਿਵੇਂ ਕਹਿੰਦੇ ਸੀ ਕਿ ਐਗਜ਼ਾਮਪਲ ਆ ਇੱਕ ਕਿ ਜਿਵੇਂ ਨੋਕੀਆ ਦਾ ਫੋਨ ਸੀਗਾ ਪਹਿਲਾਂ ਕਿੰਨੇ ਚੱਲਦੇ ਹੁੰਦੇ ਸੀ ਤੇ ਕਹਿੰਦੇ ਜਦੋਂ ਸਮਾਰਟ ਫੋਨ ਆ ਗਏ ਤੇ ਕਿਸੇ ਨੇ ਰਾਏ ਦਿੱਤੀ ਨੋਕੀਆ ਦੀ ਕੰਪਨੀ ਨੂੰ ਕਿ ਤੁਸੀਂ ਨਾ ਸਮਾਰਟ ਫੋਨ ਬਣਾਓ ਨੋਕੀਆ ਦੀ ਕੰਪਨੀ ਦੇ ਕਿ ਸਮਾਰਟ ਜ਼ਿਆਦਾ ਚੱਲਦੇ ਆ ਉਹ ਕਹਿੰਦਾ ਨਾ ਨਾ ਮੇਰੀ ਤੇ ਮਾਰਕੀਟ ਹੀ ਬਹੁਤ ਆ ਤੇ ਮੇਰਾ ਤੇ ਕੀ ਪੈਡ ਹੀ ਬਹੁਤ ਵਿਕਦਾ ਵਾ ਤੁਹਾਡੇ ਆ ਫਲੋਪ ਹੋ ਜਾਣੇ ਆ ਮੇਰੀਆਂ ਗਾੜੀ ਟੱਚ ਫੋਨ ਮਤਲਬ ਹਾਂ ਟੱਚ ਫੋਨ ਜਿਹੜੇ ਆ ਨਾ ਉਹ ਫਲੋਪ ਹੋ ਜਾਣੇ ਆ ਤੇ ਮੇਰੇ ਜ਼ਿਆਦਾ ਚੱਲਣੇ ਆ ਕਹਿੰਦਾ ਚੱਲ ਠੀਕ ਆ ਭਾਈ ਇਹ ਤਾਂ ਸਮਾਂ ਹੀ ਦੱਸੂਗਾ ਫਿਰ ਫਿਰ ਜਿੱਦਾਂ ਜਿੱਦਾਂ ਐਜੂਕੇਸ਼ਨ ਵਧਿਆ ਮਾਈ ਪੀਸ ਥੋੜਾ ਜਿਹੜਾ ਸਮਾਂ ਚੇਂਜ ਹੁੰਦਾ ਗਿਆ ਲੋਕ ਸਮਾਰਟ ਹੁੰਦੇ ਗਏ ਤੇ ਉਹ ਕਹਿੰਦੇ ਕਿ ਹੁਣ ਕੋਈ ਛੋਟਾ ਹੈ ਜਾਂ ਵੱਡਾ ਹੈ ਕੋਈ ਗਰੀਬ ਹੈ ਮਾੜਾ ਚੰਗਾ ਹੈ ਜਿੱਦਾਂ ਵੀ ਹੈ ਹਰ ਇੱਕ ਕੋਲ ਸਮਾਰਟ ਫੋਨ ਜ਼ਰੂਰ ਹੈਗਾ ਸੋ ਕਹਿੰਦੇ ਕਿ ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਚੇਂਜ ਕਰੋ ਅੱਜ ਨੋਕੀਆ ਦੇ ਫੋਨ ਨੂੰ ਕੌਣ ਪੁੱਛਦਾ ਉਹ ਤਾਂ ਖਤਮ ਹੈ ਨਾ ਜੇ ਸਮੇਂ ਦੇ ਨਾਲ ਨਾਲ ਚੱਲੋਗੇ ਚੇਂਜ ਹੋਊਗੇ ਤੇ ਤੁਸੀਂ ਸਦਾ ਲਈ ਰਹੋਗੇ ਤੇ ਜੇ ਆਪਣੇ ਆਪ ਨੂੰ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਚਾਹੀਦਾ ਵਾ ਜੇ ਹੰਕਾਰ ਨਹੀਂ ਕਰਦੇ ਹਾਂ ਜੇ ਹੰਕਾਰ ਨਹੀਂ ਕਰਦੇ ਰਹੋਗੇ ਕਿ ਜੇ ਜੋ ਹੈਗਾ ਵਾ ਜੋ ਮੇਰੀ ਹੈਗੀ ਆ ਉਹੀ ਮਾਰਕੀਟ ਚੱਲਣੀ ਆ ਉਹ ਗਲਤ ਹੈ ਜਾਂ ਕਿ ਜੇ ਜੋ ਮੈਂ ਅੱਜ ਆ ਤੇ ਸ਼ਾਇਦ ਮੈਂ ਸਦਾ ਹੀ ਇਹੋ ਰਹਿਣਾ ਵਾ ਉਹਨਾਂ ਨੇ ਹੰਕਾਰ ਕਰ ਲਿਆ ਵੀ ਸ਼ਾਇਦ ਅੱਜ ਜੇ ਅਸੀਂ ਇਦਾਂ ਦੇ ਆ ਤੇ ਅਸੀਂ ਸਦਾ ਹੀ ਸਾਡੀ ਸ਼ਾਇਦ